ਅਸਲਾਮੁ ਅਲੈਕਮ ਜੀ। ਇੱਕ ਕੁੜੀ ਅਤੇ ਮੁੰਡੇ ਦੀ ਸ਼ਾਦੀ ਹੁੰਦੀ ਹੈ ਅਤੇ ਉਹ ਆਪਸ ਦੇ ਵਿੱਚ ਇੱਕ ਫੈਸਲਾ ਕਰਦੇ ਨੇ, ਇੱਕ ਵਾਅਦਾ ਲੈਂਦੇ ਨੇ ਇੱਕ ਦੂਸਰੇ ਕੋਲੋਂ ਕਿ ਜਦੋਂ ਅਸੀਂ ਕਮਰੇ ਦੇ ਅੰਦਰ ਚਲੇ ਜਾਣਾ ਤਾਂ ਅਸੀਂ ਦਰਵਾਜ਼ਾ ਨਹੀਂ ਖੋਲ੍ਹਣਾ, ਕੁਛ ਵੀ ਹੋ ਜਾਏ। ਖੈਰ, ਜਿਸ ਵਕਤ ਉਹ ਕਮਰੇ ਦੇ ਅੰਦਰ ਜਾਂਦੇ ਨੇ ਤਾਂ ਥੋੜ੍ਹੀ ਦੇਰ ਤੋਂ ਬਾਅਦ ਦਰਵਾਜ਼ਾ ਖੜਕਦਾ ਬਾਹਰ ਦਾ, ਕਮਰੇ ਦਾ ਦਰਵਾਜ਼ਾ ਖੜਕਦਾ ਹੈ ਅਤੇ ਪਤਾ ਚੱਲਦਾ ਹੈ ਕਿ ਦੁਲਹੇ ਦੇ ਵਾਲਦੈਨ ਬਾਹਰ ਆਏ ਨੇ। ਖੈਰ, ਉਹ ਕੁੜੀ ਅਤੇ ਮੁੰਡਾ ਆਪਸ ਦੇ ਵਿੱਚ ਵੇਖਦੇ ਨੇ ਇੱਕ ਦੂਸਰੇ ਵੱਲ, ਤਾਂ ਉਹਨਾਂ ਨੇ ਫੈਸਲਾ ਕੀਤਾ ਹੁੰਦਾ ਕਿ ਦਰਵਾਜ਼ਾ ਨਹੀਂ ਖੋਲ੍ਹਣਾ। ਖੈਰ, ਦੁਲਹੇ ਦੇ ਵਾਲਦੈਨ ਜਿਹੜੇ ਹੁੰਦੇ ਨੇ ਉਹ ਨਾਕਾਮ ਹੋ ਕੇ ਵਾਪਸ ਚਲੇ ਜਾਂਦੇ ਨੇ ਅਤੇ ਥੋੜ੍ਹੀ ਦੇਰ ਤੋਂ ਬਾਅਦ ਦਰਵਾਜ਼ਾ ਫਿਰ ਖੜਕਦਾ ਹੈ ਅਤੇ ਪਤਾ ਚੱਲਦਾ ਕਿ ਹੁਣ ਦੁਲਹਨ ਦੇ ਵਾਲਦੈਨ ਆਏ ਨੇ ਕਿ ਅਸੀਂ ਆਪਣੀ ਧੀ ਨੂੰ ਅਤੇ ਆਪਣੇ ਜਵਾਈ ਨੂੰ ਦੁਆਵਾਂ ਦੇ ਸਕੀਏ, ਇਹਨਾਂ ਦਾ ਸ਼ਾਦੀ ਦਾ ਪਹਿਲਾ ਦਿਨ ਹੈ। ਖੈਰ, ਕੁੜੀ ਅਤੇ ਮੁੰਡਾ ਆਪਸ 'ਚ ਇੱਕ ਦੂਸਰੇ ਵੱਲ ਵੇਖਦੇ ਨੇ, ਉਹਨਾਂ ਨੇ ਵਾਅਦਾ ਕੀਤਾ ਹੁੰਦਾ ਕਿ ਦਰਵਾਜ਼ਾ ਨਹੀਂ ਖੋਲ੍ਹਣਾ। ਖੈਰ, ਵਾਅਦਾ ਹੋਣ ਦੇ ਬਾਵਜੂਦ ਵੀ ਲੜਕੀ ਦਰਵਾਜ਼ਾ ਖੋਲ੍ਹ ਦਿੰਦੀ ਹੈ। ਦਰਵਾਜ਼ਾ ਜਿਸ ਵਕਤ ਖੋਲ੍ਹ ਦਿੰਦੀ ਹੈ ਅਤੇ ਦੁਲਹਨ ਦੇ ਜਿਹੜੇ ਵਾਲਦੈਨ ਹੁੰਦੇ ਨੇ ਉਹ ਥੋੜ੍ਹੀ ਦੇਰ ਬਹਿੰਦੇ ਨੇ, ਆਪਣੇ ਜਵਾਈ ਨੂੰ ਵੀ ਅਤੇ ਆਪਣੀ ਧੀ ਨੂੰ ਵੀ ਦੁਆਵਾਂ ਸ਼ੁਆਵਾਂ ਦਿੰਦੇ ਨੇ ਅਤੇ ਵਾਪਸ ਚਲੇ ਜਾਂਦੇ ਨੇ। ਅਤੇ ਕੁਛ ਅਰਸੇ ਤੋਂ ਬਾਅਦ ਬੇਟਾ ਪੈਦਾ ਹੁੰਦਾ ਉਹਨਾਂ ਦੇ ਘਰ, ਫਿਰ ਕੁਛ ਅਰਸੇ ਬਾਅਦ ਬੇਟਾ ਹੁੰਦਾ, ਹੱਤਾ ਕਿ ਚਾਰ ਬੇਟੇ ਪੈਦਾ ਹੁੰਦੇ ਨੇ। ਚਾਰ ਬੇਟੇ ਪੈਦਾ ਹੋਣ ਤੋਂ ਬਾਅਦ ਫਿਰ ਇੱਕ ਬੇਟੀ ਪੈਦਾ ਹੁੰਦੀ ਹੈ। ਜਿਸ ਵਕਤ ਬੇਟੀ ਪੈਦਾ ਹੁੰਦੀ ਹੈ ਨਾ, ਅਤੇ ਜਿਹੜਾ ਹੁੰਦਾ ਹੈ ਮਰਦ ਹੁੰਦਾ ਨਾ, ਬੰਦਾ ਹੁੰਦਾ ਹੈ, ਉਹ ਬਹੁਤ ਵੱਡੀ ਇੱਕ ਜਸ਼ਨ ਦਾ ਐਲਾਨ ਕਰਦਾ ਹੈ, ਮਹਿਫਲ ਦਾ ਐਲਾਨ ਕਰਦਾ ਹੈ ਕਿ ਬਹੁਤ ਵੱਡਾ ਮੈਂ ਜਸ਼ਨ ਕਰਨਾ, ਮੇਰੇ ਘਰ ਬੇਟੀ ਪੈਦਾ ਹੋਈ ਹੈ। ਬੜੇ ਬੜੇ ਅਮੀਰ ਤਰੀਨ ਲੋਕਾਂ ਨੂੰ ਬੁਲਾਉਂਦਾ ਹੈ। ਖੈਰ, ਜਿਸ ਵਕਤ ਉਹ ਜਸ਼ਨ ਹੋ ਜਾਂਦਾ ਹੈ ਅਤੇ ਜਿਹੜੀ ਉਹਦੀ ਬੇਗਮ ਹੁੰਦੀ ਉਹਨੂੰ ਪੁੱਛਦੀ ਹੈ ਕਿ ਇਸ ਤੋਂ ਪਹਿਲੇ ਚਾਰ ਬੇਟੇ ਅੱਲਾ ਨੇ ਸਾਨੂੰ ਦਿੱਤੇ ਨੇ, ਲੋਕ ਬੇਟਿਆਂ ਦੀ ਖੁਸ਼ੀਆਂ ਮਨਾਉਂਦੇ ਨੇ ਅਤੇ ਤੂੰ ਬੇਟੀ ਦੀ ਇੰਨੀ ਖੁਸ਼ੀ ਮਨਾਈ ਹੈ, ਅਗਰ ਬੇਟੀ ਦੀ ਖੁਸ਼ੀ ਮਨਾਈ ਤਾਂ ਇਸ ਤੋਂ ਪਹਿਲੇ ਚਾਰ ਬੇਟੇ ਹੋਏ ਨੇ, ਉਹਨਾਂ ਦੀ ਖੁਸ਼ੀ ਕਿਉਂ ਨਹੀਂ ਮਨਾਈ? ਉਹ ਪਹਿਲੇ ਬੱਚੇ ਵੀ ਸੀ। ਖੈਰ, ਉਹ ਬੰਦਾ ਕਹਿੰਦਾ ਕਿ ਇਹ ਉਹ ਏ ਧੀ ਏ ਮੇਰੀ ਜਿਹੜੀ ਮੇਰੇ ਵਾਸਤੇ ਦਰਵਾਜ਼ਾ ਖੋਲ੍ਹੇਗੀ। ਗੱਲ ਦੇ ਪੁਆਇੰਟ ਤੱਕ ਤੁਸੀਂ ਪਹੁੰਚ ਗਏ ਹੋਵੋਗੇ। ਅਤੇ ਜਿਹੜੇ ਧੀਆਂ ਨੂੰ ਬੋਝ ਸਮਝਦੇ ਆ ਨਾ, ਜਿਹੜੇ ਸਮਝਦੇ ਕਿ ਧੀ ਪੈਦਾ ਹੋ ਗਈ ਅਤੇ ਬੋਝ, ਇਹ ਧੀਆਂ ਹੀ ਦਰਵਾਜ਼ਾ ਖੋਲ੍ਹਦੀਆਂ ਨੇ। ਇਹ ਜੰਨਤ ਦਾ ਦਰਵਾਜ਼ਾ ਵੀ ਤੁਹਾਡਾ ਧੀਆਂ ਨੇ ਹੀ ਖੋਲ੍ਹਣਾ ਹੈ। ਧੀਆਂ ਦੀ ਵਜ੍ਹਾ ਤੋਂ ਹੀ ਤੁਸੀਂ ਬਖਸ਼ਿਆ ਜਾਣਾ। ਜਦੋਂ ਧੀਆਂ ਨੂੰ ਤੁਸੀਂ ਰੁਖਸਤ ਕਰਦੇ ਹੋ, ਇੱਕ ਬੇਟੀ ਦੀ ਸ਼ਾਦੀ ਕਰਦੇ ਹੋ, ਦੋਵਾਂ ਦੀ ਕਰਦੇ ਹੋ ਜਾਂ ਤਿੰਨਾਂ ਦੀ ਕਰਦੇ ਹੋ, ਪਰਵਰਿਸ਼ ਕਰਕੇ ਉਹਦੀ, ਉਹਨੂੰ ਜਵਾਨ ਕਰਕੇ ਜਦੋਂ ਉਹਦੀ ਸ਼ਾਦੀ ਤੁਸੀਂ ਕਰ ਦਿੰਦੇ ਹੋ ਤਾਂ ਅੱਲਾਹ ਪਾਕ ਤੁਹਾਡੇ 'ਤੇ ਜੰਨਤ ਜਿਹੜਾ ਉਹ ਲਾਜ਼ਮ ਕਰਾਰ ਦਿੰਦਾ, ਤੁਸੀਂ ਜੰਨਤੀ ਹੁੰਦੇ ਹੋ। ਮੇਰੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਹੈ ਕਿ ਜਿਹੜਾ ਬੰਦਾ ਇੱਕ ਧੀ ਦੀ ਸ਼ਾਦੀ ਕਰੇਗਾ ਉਹ ਵੀ ਜੰਨਤੀ ਹੈ, ਦੂਸਰੇ ਦੀ ਕਰੇਗਾ, ਦੋਵਾਂ ਦੀ ਕਰੇਗਾ ਉਹ ਵੀ ਜੰਨਤੀ, ਜਿਹੜਾ ਤਿੰਨਾਂ ਦੀ ਕਰੇਗਾ ਉਹ ਵੀ ਜੰਨਤੀ ਹੈ। ਇਸ ਵਾਸਤੇ ਧੀਆਂ ਨੂੰ ਬੋਝ ਨਾ ਸਮਝਿਆ ਕਰੋ। ਅਤੇ ਵੀਡੀਓ ਮੇਰੀ ਨੂੰ ਕੁਝ ਆਮ ਵੀਡੀਓ ਨਾ ਸਮਝਣਾ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਨਾ ਔਰ ਇਹਨੂੰ ਸ਼ੇਅਰ ਜ਼ਰੂਰ ਕਰਨਾ।